ਫੈਸਲਾਬਾਦ ਦਾ ਮੁਹੰਮਦ ਖਾਨ ਵੈਸ ਪੰਜਾਬ ਪੁਲਿਸ ਕਬੱਡੀ ਟੀਮ ਦਾ ਕਪਤਾਨ اسلامਾਬਾਦ ਨੈਸ਼ਨਲ ਚੈਂਪੀਅਨਸ਼ਿਪ ਖੇਡਿਆ ਸੀ ਜਿਸ ਤਰ੍ਹਾਂ ਉਹਦੀ ਲੱਤ ਡੈਮੇਜ ਹੋ ਗਈ ਜਦੇ ਨਾਲ ਉਹਦੇ ਪੱਠੇ ਥੋੜੇ ਜਨੇ ਖਰਾਬ ਹੋ ਗਏ ਉਹ ਆਪਣੀ ਲੈ ਕੇ ਫੈਸਲਾਬਾਦ ਆਇਆ ਇੱਥੇ ਇਲਾਜ ਕਰਾਉਣ ਲੱਗ ਗਿਆ ਮੁxtਲਫ ਦਫ਼ਤਰਾਂ ਦੇ ਵਿੱਚ جا کے پیش ਹੋਇਆ ਕਿ ਸਰਜੀ ਮੇਰਾ ਇਲਾਜ ਕਰਾਓ ਮੇਰੀ ਲਤ ਡੈਮੇਜ ਹੋ ਜਾਣੀ ਮੇਰੀ ਲਤ ਜ਼ਾਇਆ ਹੋ ਜਾਣੀ ਮੇਰਾ ਇਲਾਜ ਕੀਤਾ ਜਾਵੇ ਉਹਦੇ ਭੈਣ ਭਰਾ مختلف ਦਫ਼ਤਰਾਂ ਦੇ ਵੱਡੇ ਵੱਡੇ ਅਫਸਰਾਂ ਕੋ ਗਏ ਵੱਡੇ ਵੱਡਿਆਂ ਕੋ ਕਿ ਜੀ ਖੁਦਾਰਾ ਸਾਡੇ ਮੁੰਡੇ ਦਾ ਇਲਾਜ ਕਰਵਾ ਦਿਓ ਸ਼ਾਇਦ ਉਹਦੀ ਲਤ ਵੱਜ ਜਵੇ ਪਰ ਨਹੀਂ ਜੇ ਕਰਵਾਇਆ ਕਿਸੇ ਵੀ ਅਫਸਰ ਨੇ ਇੱਥੋਂ ਤੱਕ ਇਲਾਜ ਕੀ ਕਰਉਣਾ ਕੋਈ ਪਤਾ ਕਰਨ ਨਹੀਂ ਗਿਆ ਕਿ ਜਾ ਕੇ ਪਤਾ ਕਰ ਲਈਏ ਕਿ ਇਹਦੀ ਲਤ ਬਚ ਗਈ ਜਾਂ ਨਹੀਂ ਬਚ ਗਈ ਲੇਕਿਨ ਅੱਜ ਇੱਕ ਸਵਾ ਇੱਕ ਨਵੀਂ ਚੀਜ਼ ਸਾਹਮਣੇ ਆ ਗਈ ਕਿ ਉਹਨੇ ਆਪਣਾ ਆਪਰੇਟ ਇੱਕ ਨਿੱਜੀ ਹਸਪਤਲ ਚ ਕਰਵਾਇਆ ਜਿੱਥੇ ਰਹਿੰਦੀ ਖੁੰਦੀ ਕਸਰ ਡਾਕਟਰ ਸਾਹਿਬ ਨੇ ਕੱਢ ਛੱਡੀ ਕਿ ਉਹਨਾਂ ਦੀਆਂ ਤਿੰਨ ਵੇਨਾ ਸੀ ਚੌਥੀ ਉਹਨਾਂ ਕੋ ਆਪਰੇਸ਼ਨ ਟਾਈਮ ਕੱਟੀ ਗਈ ਉਹ ਕਹਿੰਦੇ ਇਦਾਂ ਹੋ ਜਾਂਦਾ ਕਿਸੇ ਟਾਈਮ ਇਦਾਂ ਹੋ ਜਾਂਦਾ ਕਿ ਆਪਰੇਸ਼ਨ ਟਾਈਮ ਕੱਟੀ ਜਾਂਦੀ ਤੇ ਉਹਨਾਂ ਦੀ ਉਹਦੀ ਲੱਤ ਡੈਮੇਜ ਕਰ ਦਿੰਦੀ ਉਹਨਾਂ ਨੂੰ ਤੰਗੀ ਆਈ ਲੱਤ ਚ ਤਕਲੀਫ ਨਹੀਂ ਸੀ ਜਾਂਦੀ ਉਹਨਾਂ ਨੇ ਮੁੰਡਾ ਚੁੱਕਿਆ ਮੁਹੰਮਦ ਖਾਨ ਕਬੱਡੀ ਇੰਟਰਨੈਸ਼ਨਲ ਪਲੇਅਰ जिन्हें पूरे पाकिस्तान नाम का नाम रोशन किया इंडिया के खिलाफ भी जरा वा कबड्डी खेलिया लेकिन कबड्डी उ डाक्टर ने चैक किया गलत होया वैना तौर पर बेड़ा गर किया गया जी लत अज कट दिखी गई ਨਾਇਤ ਦੁੱਖ ਦੀ ਗੱਲ ਆ ਕਿ ਸਾਡੇ ਫੈਸਲਾਬਾਦ ਦਾ ਮਾਇਆਨਾਜ਼ ਪਲੇਅਰ ਅੱਜ ਇੱਕ ਲੱਤ ਤੋਂ ਮਹਿਰੂਮ ਹੋ ਗਿਆ ਅਸੀਂ ਇੱਕ ਇੰਟਰਨੈਸ਼ਨਲ ਪਲੇਅਰ ਆਪਣਾ ਜ਼ਾਇਆ ਕਰ ਲਿਆ ਓਏ ਅੱਲਾ ਦਾ ਵਾਸਤਾ ਹੀ ਪਲੇਅਰਾਂ ਨੂੰ ਤਾਂ ਬਖਸ਼ਿਸ਼ ਦਿਓ ਇਸ ਡਿਪਾਰਟਮੈਂਟ ਜਿਸ ਡਿਪਾਰਟਮੈਂਟ ਚੋਂ ਕੰਮ ਕਰਦਾ ਸੀ ਉਹਦੇ ਅਫਸਰਾਂ ਨੂੰ ਚਲੇ ਜਾਂਦੇ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰ ਲੈਂਦੇ ਕਿ ਕਿਆ ਤੇਰੀ ਲਤ ਠੀਕ ਆ ਜਾਂ ਅਸੀਂ ਇਲਾਜ ਕਰਾਉਨੇ ਆਂ ਵੈਸੇ ਤਾਂ ਬੜੇ ਬੜੇ ਦਾਅਵੇ ਕਰਦੇ ਵੱਡੇ ਵੱਡੇ ਅਫਸਰਾਨ ਇੱਕ ਨਿੱਕੀ ਜਿਹੀ ਡਕੈਤੀ ਫੜਦੇ ਉਹਦੇ ਤੇ ਪੂਰੀ ਵੀਡੀਓ ਬਣਾ ਛੱਡਦੇ ਅੱਜ ਕੱਲ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਸੋਸ਼ਲ ਮੀਡੀਆ ਦਾ ਕਿ ਜੀ ਅਸੀਂ ਕਰੀਏ ਕਿਆ ਉਹਨਾਂ ਨੂੰ ਇਹ ਪਲੇਅਰ ਨਜ਼ਰ ਨਹੀਂ ਆਇਆ ਆਪਣੇ ਕਬੱਡੀ ਦਾ ਜਿਹੜਾ ਇੰਟਰਨੈਸ਼ਨਲ ਪਲੇਅਰ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਦੇ ਅੱਜ ਤੱਕੇ ਖਾ ਰਿਹਾ ਸੀ ਕਿਸੇ ਨੇ ਉਹਦਾ ਇਲਾਜ ਨਹੀਂ ਕਰਵਾਇਆ ਗਿਣ 15 ਤੋਂ 16 ਦਿਨਾਂ ਦੇ ਵਿੱਚ ਉਹਦੀ ਲਤ ਜ਼ਾਇਆ ਹੋ ਗਈ ਉਹਦਾ ਕਸੂਰ ਵਾਰ ਕੌਣ ਆ ਉਮੀਦ ਕਰਦਾ ਮੈਂ ਅਮੀਨ ਫੇਰ ਵੀ ਕਰਦਾ ਮੈਂ ਕਿ ਸ਼ਾਇਦ ਉਸ ਪਲੇਅਰ ਦੀ ਕੋਈ ਦਾਦ ਰਸੀ ਲਈ ਸਾਡੇ ਵੱਡੇ ਅਫਸਰਾਂ ਜਿਹੜੇ ਉਹਨਾਂ ਕੋਲ ਜਾਣਗੇ ਜਾ ਕੇ ਦੇਖਣਗੇ ਕਿ ਇਸ ਬੱਚੇ ਦਾ ਵੈਸੇ ਸਾਡੀ ਪੰਜਾਬ ਹਕੂਮਤ ਅੱਗੇ ਵੀ ਅਪੀਲ ਆ ਸਾਡੀ ਮਰੀਮ ਨਵਾਜ਼ ਅੱਗੇ ਵੀ ਅਪੀਲ ਆ ਕਿ ਪਲੇਅਰਾਂ ਨੂੰ ਹਕੂਕ ਦਿੱਤੇ ਜਾਣ ਪਲੇਅਰਾਂ ਦਾ ਕੁਝ ਕੀਤਾ ਜਾਵੇ ਨਹੀਂ ਤੇ ਐਦਾਂ ਦੇ ਪਲੇਅਰ ਬੜੀ ਮੁਸ਼ਕਲ ਬਣਦੇ ਆ ਜਿਨ੍ਹਾਂ ਨੂੰ ਇੱਕ ਮਿੰਟ ਲੱਗਾ ਜ਼ਾਇਆ ਹੋਣ ਲੱਗੇ ਅੱਜ ਆਪਣੀ ਇਕ ਲਾਤ ਤੋਂ ਮੈਰੂਮ ਹੋ ਗਿਆ ਅੱਜ ਤੋਂ ਬਾਅਦ ਮੁਹੰਮਦ ਖਾਨ ਵੈਸ ਤੁਹਾਨੂੰ ਗਰਾਊਂਡ ਦੇ ਵਿੱਚ ਆਪਣੇ ਜਲਵੇ ਦਿਖਾਉਂਦਾ ਨਜ਼ਰ ਨਹੀਂ ਆਏਗਾ ਉਹ ਮੈਂ ਕਹਿੰਦਾ ਖੁਦਾ ਦਾ ਵਾਸਤਾ ਜੇ ਇਹਨਾਂ ਪਲੇਅਰਾਂ ਲਈ ਬਿਹਤਰੀ ਕਰ ਲੋ ਇਸ ਪੰਜਾਬ ਹਕੂਮਤ ਅੱਗੇ ਕਰਦਾ ਕਿ ਅਗਰ ਉਹ ਪੁਲਿਸ ਡਿਪਾਰਟਮੈਂਟ 'ਚ ਕੰਮ ਕਰਦਾ ਸੀ ਤਾਂ ਪੁਲਿਸ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਸੀ ਕਿ ਉਹਦਾ ਲਾਜ ਕਰਾਂਦੇ ਜਿਹਦੀ ਅਦਮ ਦਿਲਚਸਪੀ ਦੇ ਵਜ੍ਹਾ ਦੇ ਨਾਲ ਅੱਜ ਉਹ ਸਾਡਾ ਸਟਾਰ ਪਲੇਅਰ ਇੰਟਰਨੈਸ਼ਨਲ ਪਲੇਅਰ ਆਪਣੀ ਲਾਤ ੋ ਜ਼ਾਇਆ ਹੋ ਗਿਆ ਆ ਦੇਖੋ ਅੱਲਾ ਦਾ ਵਾਸਤਾ ਪਲੇਅਰਾਂ ਲਈ ਬਿਹਤਰੀ ਕਰੋ